ਅੱਜ ਟਾਂਡਾ ਦੇ ਵਿੱਚ ਦੋ ਟਰੱਕਾਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋ ਗਈ, ਜਿਸ ਵਿੱਚ ਦੋਵੇਂ ਟਰੱਕ ਚਾਲਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਕਿ ਹਾਦਸੇ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ 3 ਘੰਟਿਆਂ ਦੀ ਭਾਰੀ ਮੁਸ਼ਕਲ ਤੋਂ ਬਾਅਦ ਦੋਵੇਂ ਟਰੱਕ ਚਾਲਕਾਂ ਨੂੰ ਟਰੱਕਾਂ ਦੇ ਵਿੱਚੋਂ ਬਾਹਰ ਕੱਢਿਆ, ਜਦਕਿ ਜ਼ਖਮੀ ਦੋਵਾਂ ਚਾਲਕਾਂ ਨੂੰ ਵੱਖ-ਵੱਖ ਸਿਵਲ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇੱਕ ਵਿਅਕਤੀ ਨੇ ਦਮ ਵੀ ਤੋੜ ਦਿੱਤਾ। ਅਸੀਂ ਸਾਹਮਣੇ ਹੋਟਲ ਦੇ ਖੜੇ ਸੀ, ਗੱਡੀਆਂ ਇੱਕ ਟਾਂਡੇ ਤੋਂ ਆ ਰਹੀ ਸੀ, ਇੱਕ ਹੁਸ਼ਿਆਰਪੁਰ ਤੋਂ। ਹੁਸ਼ਿਆਰਪੁਰ ਡੇਡੀ ਘੋੜ ਕੇ ਤੋਂ ਆਪਸ ਵਿੱਚ ਜਦੋਂ ਵੱਜੀਆਂ ਸਾਹਮਣੇ, ਤਾਂ ਅਸੀਂ ਭੱਜ ਕੇ ਸਾਹਮਣੇ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਿਕਲ ਨਹੀਂ ਰਹੀਆਂ। ਫਿਰ ਅਸੀਂ ਟੋਚਨ ਪਾ ਕੇ ਆਪ ਜਦੋਂ ਜੈਦ ਨਾਲ ਬੜੇ ਜ਼ੋਰ ਨਾਲ ਟਰੈਕਟਰ ਲਾ ਕੇ JCP ਲਾ ਕੇ ਬੰਦੇ ਕਢਵਾਏ ਬੜੇ ਹੈਡ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਨਹੀਂ ਪਹੁੰਚੇ। ਐਂਬੂਲੈਂਸ ਵਾਲਿਆਂ ਨੂੰ ਫੋਨ ਕਰਦੇ ਰਹੇ, ਬਹੁਤ ਲੇਟ ਪਹੁੰਚੇ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵਾਂ ਟਰੱਕਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 6:30 ਹੋਇਆ ਜੀ, ਤੇ ਮੁੜ ਕੇ ਮੌਕੇ ਤੇ ਸਾਨੂੰ ਪਤਾ ਲੱਗਾ ਅਸੀਂ ਪਹੁੰਚੇ ਆ। ਲੋਕਾਂ ਦੇ ਸਹਿਯੋਗ ਨਾਲ ਕਟਰ ਵਗੈਰਾ ਗੈਸ ਵੈਲਡਿੰਗ ਵਗਾ ਕੇ ਟਰੈਕਟਰ ਖਿੱਚ ਖੁੱਚ ਕੇ ਬੰਦੇ ਬੜੀ ਮੁਸ਼ਕਲ ਨਾਲ ਜਿਹੜੇ ਇੱਕ ਨੂੰ 8:15 ਤੱਕ ਪਹੁੰਚਾਤਾ ਹਸਪਤਾਲ, ਦੂਜੇ ਨੂੰ 9 ਵਜੇ। ਕਾਫੀ ਲੋਕਾਂ ਨੇ ਜ਼ੋਰ ਲਾਇਆ ਤਾਂ ਕਰਕੇ ਇੰਨਾ ਛੇਤੀ ਨਿਕਲਿਆ, ਨਹੀਂ ਤੇ ਔਖਾ ਸੀ। ਐਕਸੀਡੈਂਟ ਹੁਣ ਡਰਾਈਵਰ ਦੀ ਜਿੱਦਾਂ ਨਾ ਜਿਹੜਾ ਆਉਂਦਾ ਸੀ ਲੱਗਦਾ ਉਹਦੀ ਝੋਕ ਲੱਗ ਗਈ ਆ, ਅਤੇ ਉਹਨੇ ਜਾ ਕੇ ਪਰਲੀ ਸਾਈਡ ਜਿਹੜਾ ਟਿੱਪਰ ਆ ਰਿਹਾ ਸੀ ਟਾਂਡੇ ਵੱਲੋਂ, ਅਤੇ ਇਹ ਆ ਰਿਹਾ ਸੀ ਲੂਣ ਵਾਲਾ ਟਰੱਕ ਸੀਗਾ ਹੁਸ਼ਿਆਰਪੁਰ ਵੱਲੋਂ, ਇਹਨੇ ਉਹਦੇ ਵਿੱਚ ਮਾਰਿਆ ਲਿਜਾ ਕੇ। ਟਾਂਡਾ ਤੋਂ ਰਵਿੰਦਰ ਸਿੰਘ ਦੀ ਰਿਪੋਰਟ।